ਦਰਸ਼ਨ ਸਿੰਘ ਦਰਸ਼ਨ ਸਿੰਘ ਕੀ ਲੱਗਦੇ ਸੀ ਇਹਨਾਂ ਦੇ ਮੇਰਾ ਜਵਾਈ ਸੀ ਜੀ 16 ਸਾਲ ਕੀ ਹੋਇਆ ਭਾਜੀ ਸਾਨੂੰ ਤਾਂ ਪਿੰਡ ਹੀ ਸੁਣਾ ਗਿਆ ਜੀ ਅਸੀਂ ਆਉਣਾ ਹੈ ਵੀ ਇਤਨਾ ਆਹ ਗੱਲਬਾਤ ਕੀ ਸੁਣਾ ਆਇਆ ਤੁਹਾਨੂੰ ਪਿੰਡ ਠੀਕ ਹੈ ਠੀਕ ਨਹੀਂ ਉੱਥੇ ਗੋਲੀ ਲੱਗ ਗਈ ਗੋਲੀ ਲੱਗ ਗਈ ਹਾਂਜੀ ਤਾਂ ਪਹਿਲਾਂ ਕਦੀ ਤੁਸੀਂ ਮਿਲਦੇ ਸੀ ਉਦੋਂ ਕੋਈ ਗੱਲਬਾਤ ਨਹੀਂ ਹੋਈ ਟੈਨਸ਼ਨ 'ਚ ਵਾਂ ਕਿਸੇ 'ਚ ਨਾ ਨਾ ਕਿਸੇ ਗੱਲਬਾਤ 'ਚ ਨਹੀਂ ਵਧੀਆ ਡਿਊਟੀ ਕਰਦੇ ਵਧੀਆ ਆਪਣੀ ਅੰਮ੍ਰਿਤਸਰ ਗਿਆ ਸੀ ਕਿੰਨੀ ਉਮਰ ਇਹਨਾਂ ਦੀ ਕਿੰਨੇ ਬੱਚੇ ਆ ਇੱਕ ਕਾਕਾ ਇੱਕ ਗੁੱਡੀ ਹੈ ਜੀ ਅਤੇ ਆਪਣਾ ਡਿਊਟੀ ਇੱਥੇ ਅੰਮ੍ਰਿਤਸਰ ਠੀਕ ਡਿਊਟੀ ਕਿੰਨੀ ਦੇਰ ਤੋਂ ਕਰਦੇ ਜੀ ਡਿਊਟੀ 25 ਸਾਲ ਆ ਇੰਨਾ ਕੁ ਚਿਰ ਹੋ ਗਿਆ ਜੀ ਹਾਂ ਠੰਡ ਸਾਲ ਬਣੇ ਸੀ ਠੀਕ ਹੈ ਵਾਰਦਾਰ ਤੋਂ ਫਿਰ ਠੰਡ ਸਾਲ ਹੋ ਗਈ ਪੁਲਿਸ ਕੀ ਕਹਿੰਦੀ ਵੀ ਤੁਹਾਨੂੰ ਪੁਲਿਸ ਦਿਖਾਉਂਦੇ ਆਪਣੇ ਮਲਾਜਾ ਮਲੂਜਾ ਕਰਾਉਣਗੇ ਕੀ ਕਰਦੇ ਆ ਰਿਊਮਰ ਸੀਗਾ ਜੀ ਕਿ ਇੱਧਰ ਉਹਨੇ ਆਪਣੇ ਆਪ ਨੂੰ ਆਪ ਗੋਲੀ ਮਾਰੀ ਕੋਈ ਇਸ ਤਰ੍ਹਾਂ ਦੀ ਗੱਲ ਨਾ 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 ਡਿਊਟੀ ਦੇ ਉੱਤੇ ਆਪ ਅਚਾਨਕ ਹਾਂਜੀ ਇਹ ਤਾਂ ਉਹਨਾਂ ਨੂੰ ਸਾਰਾ ਕੁਝ ਪਤਾ ਜਿਹੜੀ ਕਾਰਵਾਈ ਲਾਂਦੇ ਕਰ ਰਹੇ ਠੀਕ ਹਾਂਜੀ ਥੈਂਕ ਯੂ ਹਾਂਜੀ ਸਰ ਕੀ ਮਾਮਲਾ ਹੈ ਜੀ ਸਾਡੇ ਜੀ ਐਕਸਰੇ 6 ਥਾਣਾ ਬੀ ਡਿਵੀਜ਼ਨ ਏਰੀਆ 'ਚ ਚੱਲਦਾ ਸੀਗਾ ਜਿੱਥੇ ASI ਮਨਜੀਤ ਸਿੰਘ ਡਿਊਟੀ ਕਰਦੇ ਸੀਗੇ ਇਹਨਾਂ ਦੀ ਨਾਈਟ ਸ਼ਿਫਟ ਸੀਗੀ ਰਾਤ 8 ਤੋਂ ਸਵੇਰੇ 8 ਵਜੇ ਤੱਕ ਅਤੇ ਅੱਜ ਸਵੇਰੇ ਕਰੀਬ ਕੋਈ 7 ਵਜੇ ਜੋ ਬਾਰਿਸ਼ ਆਈ ਆ ਅਤੇ ਗਸ਼ਤ ਦੌਰਾਨ ਇਹ ਆਪਣੇ ਸੁਲਤਾਨਵਿੰਡ ਰੋਡ 'ਤੇ ਇੱਕ ਪੈਟਰੋਲ ਪੰਪ ਆ ਉੱਥੇ ਆਏ ਸੀਗੇ ਔਰ ਉੱਥੇ ਅਚਾਨਕ ਗੋਲੀ ਚੱਲਣ ਨਾਲ ਮਨਜੀਤ ਸਿੰਘ ASI ਦੀ ਮੌਤ ਹੋ ਗਈ ਸਰ ਪੈਟਰੋਲ ਪੰਪ 'ਤੇ ਕੀ ਕਰਨਾ ਹੈ ਉਹਨਾਂ ਦੀ ਬੀਟ ਦਾ ਏਰੀਆ ਸੀਗਾ ਜੀ ਅਤੇ ਮੀਂਹ ਪੈਂਦਾ ਹਮੇਸ਼ਾ ਮੋਟਰਸਾਈਕਲ 'ਤੇ ਉਹ ਆਪਣੀ ਡਿਊਟੀ ਕਰਦੇ ਨੇ ਜੀ ਅਤੇ ਜਦੋਂ ਮੀਂਹ ਪੈ ਰਿਹਾ ਸੀਗਾ ਉਦੋਂ ਪੰਪ 'ਤੇ ਆ ਗਏ ਹੋਣਗੇ ਸ਼ੈੱਡ 'ਚ ਖੜਨ ਵਾਸਤੇ 10 ਮਿੰਟ ਇਸ ਗੋਲੀ ਕਿਸ ਤਰ੍ਹਾਂ ਲੱਗੀ ਸਰ ਕਿੱਥੇ ਕਰਕੇ ਲੱਗੀ ਗੋਲੀ ਵੈਰੀਫਾਈ ਕਰ ਰਹੇ ਹਾਂ ਜੀ ਅਜੇ ਅਤੇ ਉਹਦੇ ਜਿਹੜੇ ਹੈਗੇ ਆ ਉਹਦੀ ਥੋਡੀ ਦੇ ਥੱਲੇ ਗੋਲੀ ਲੱਗੀ ਆ ਕਾਰਬਾਈਨ ਸੀਗੀ ਉਹਦੇ ਕੋਲ ਐਕਸੀਡੈਂਟਲ ਹੋ ਸਕਦਾ ਚੱਲ ਗਈ ਹੋਵੇ ਵੈਰੀਫਾਈ ਕਰ ਰਿਹਾ ਜੀ ਮੈਂ ਸਰ ਮਾਨਸਿਕ ਤਣਾਅ ਦੇ ਕੋਈ ਸ਼ਿਕਾਇਤ ਨਹੀਂ ਇੱਥੇ ਦੀ ਗੱਲ ਸੁਣਨ ਨੂੰ ਮਿਲਦੀ ਹੈ ਦੇਖੋ ਜੀ ਮਨਜੀਤ ਸਿੰਘ ASI ਸਾਡਾ ਅੰਮ੍ਰਿਤਧਾਰੀ ਜਵਾਨ ਸੀਗਾ ਜੀ ਰੱਬ 'ਚ ਵਿਸ਼ਵਾਸ ਰੱਖਣ ਵਾਲਾ ਔਰ ਡਿਊਟੀ ਦਾ ਪਾਬੰਦ ਵਧੀਆ ਬੰਦਾ ਸੀਗਾ ਮਾਨਸਿਕ ਤਣਾਅ ਵਾਲਾ ਜਿਹੜਾ ਸਿਸਟਮ ਆ ਉਹ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ ਨਾ ਹੀ ਅਜੇ ਤੱਕ ਸਾਡੇ ਸਾਹਮਣੇ ਕੋਈ ਗੱਲ ਆ ਕਿੰਨੀ ਉਮਰ ਇਹਨਾਂ ਦੀ ਕਿਹੜਾ ਪਿੰਡ ਆ 45 ਤੋਂ 50 ਸਾਲ ਉਮਰ ਲੱਗਦੀ ਆ ਜੀ ਅਤੇ ਡੱਡੀਆਂ ਪਿੰਡ ਆ ਜੀ ਮਜੀਠੇ ਥਾਣੇ ਦੇ ਏਰੀਏ ਦੇ ਵਿੱਚ ਅੰਮ੍ਰਿਤਸਰ ਦਿਹਾਤੀ 'ਚ ਪੈਂਦਾ ਅਤੇ ਕ੍ਰਾਈਮ ਸਟੋਪਰ ਸੈੱਲ 'ਤੇ ਡਿਊਟੀ ਕਰਦੇ ਸੀ 6 ਨੰਬਰ ਐਕਸਰੇ 'ਤੇ ਕਿਹੜੀ ਪਿਸਤੌਲ ਸਰ ਨਹੀਂ ਇਹਨਾਂ ਕੋਲ ਕਾਰਬਾਈਨ ਸੀ ਜੀ ਕਾਰਬਾਈਨ ਜਿਹੜਾ ਵੈਪਨ ਆ ਜਿਹੜਾ ਇੱਕ ਇਹਨਾਂ ਕੋਲ 9mm ਪਿਸਟਲ ਹੁੰਦਾ ਔਰ ਇੱਕ ਕੋਲ ਕਾਰਬਾਈਨ ਹੁੰਦੀ ਹੈ ਇਹਦੇ ਕੋਲ ਕਾਰਬਾਈਨ ਸੀ ਕੋਈ ਸੀਸੀਟੀਵੀ ਸਾਹਮਣੇ ਆਈ ਸਰ ਸੀਸੀਟੀਵੀ ਚੈੱਕ ਕਰ ਰਹੇ ਹਾਂ ਜੀ ਅਸੀਂ ਫਿਲਹਾਲ ਕੋਈ ਇਹੋ ਜਿਹਾ ਕੋਈ ਸ਼ੱਕੀ ਹਾਲਾਤ ਕੋਈ ਨਹੀਂ ਸਾਹਮਣੇ ਆਇਆ ਵੀ ਕਿਸੇ ਵੱਲੋਂ ਜਾਂ ਕੀਤਾ ਗਿਆ ਹੋਵੇ ਪਰ ਫਿਰ ਵੀ ਅਸੀਂ ਹਰ ਐਂਗਲ ਤੋਂ ਚੈੱਕ ਕਰਾਂਗੇ ਠੀਕ